ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਡਾਕਟਰ ਕੁਮਾਰ ਨੇਚਰਲ ਹੋਲਿਸਟਿਕ ਆਯੁਰਵੈਦਿਕ ਹੈਲਥ ਸੈਂਟਰ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਹੈ ਪਿਆਰੇ ਦੋਸਤੋ ਅੱਜ ਆਪਾਂ ਬਦਲਦੇ ਮੌਸਮ 'ਚ ਜਿਹੜੀਆਂ ਆਮ ਬਿਮਾਰੀਆਂ ਹੁੰਦੀਆਂ ਕੋਸ਼ਿਸ਼ ਕਰਾਂਗੇ ਉਹਦੇ ਬਾਰੇ ਗੱਲ ਕਰੀਏ ਕਿਉਂਕਿ ਠੰਡ ਸ਼ੁਰੂ ਹੋ ਗਈ ਹੈ ਇਹਦੇ باوجود ਇੰਨੇ ਲੰਬੇ عرصے ਤੋਂ ਤੁਸੀਂ ਦੇਖਦੇ ਆ ਰਹੇ ਹੋ ਠੰਡ ਦੇ ਵਿੱਚ ਜਿਆਦਾ ਬਿਮਾਰੀਆਂ ਹੁੰਦੀਆਂ ਦਰਦਾਂ ਦੀਆਂ ਨਜ਼ਲਾ ਰੇਸ਼ਾ ਕਾਂਸੀ ਜ਼ੁਕਾਮ ਫਲੂ ਇਨਫਲੂਐਂਜ਼ਾ ਅਪਰ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਚੈਸਟ ਪ੍ਰੋਬਲਮ ਭਾਵੇਂ ਵਾਈਰਲ ਕਰਕੇ ਉਹਨੂੰ ਤੁਸੀਂ ਕੋਵਿਡ ਕਹਿ ਲਓ ਕਰੋਨਾ ਕਹਿ ਲਓ ਨਾਮ ਬਦਲਦੇ ਕੋਈ ਨਵੀਂ ਚੀਜ਼ ਨਹੀਂ ਇਹਨੇ ਲੰਬੇ ਅਰਸੇ ਤੋਂ ਦੇਖੋ ਤੁਸੀਂ ਆਪਾਂ ਹਰ ਵਾਰੀ ਗੱਲ ਕਰਦੇ ਆ ਕਿ ਇਹ ਚੀਜ਼ਾਂ ਵੈਸੇ ਹੀ ਫਲੂ ਹਰ ਸਾਲ ਆਂਦਾ ਇਹਨੂੰ ਤੁਸੀਂ ਜੇ ਕਰੋਨਾ ਨੂੰ ਕੋਵਿਡ ਨੂੰ ਕੋਈ ਜ਼ਿਆਦਾ ਇੰਪੋਰਟੈਂਸ ਨਾ ਦਿਓ ਕੋਈ ਦਿਮਾਗ ਤੇ ਸਟ्रेस ਨਾ ਰੱਖੋ ਸਮਝੋ ਇੱਕ ਫਲੂ ਹੈ ਵਾਇਰਲ ਹੈ ਠੀਕ ਹੈ ਤੁਸੀਂ ਆਪਣੇ ਇਤਿਆਹਾਤ ਜ਼ਰੂਰ ਰੱਖੋ ਇਸ ਟੌਪਿਕ ਤੇ ਜਿੰਨਾ ਕੁ ਟਾਈਮ ਹੋਇਆ ਗੱਲ ਕਰਾਂਗੇ ਪਰ ਉਹ ਪੈਨਪਰਾ ਓ ਸੱਜਣ ਮਿੱਤਰ ਆਲ ਓਵਰ ਦੀ ਵਰਲਡ ਜਿੱਥੇ ਵੀ ਮੈਨੂੰ ਦੇਖ ਰਹੇ ਆ ਉਹਨਾਂ ਦੀ ਨੌਲੇਜ ਦੀ ਦੁਆਰਾ ਦੱਸਣਾ ਪੈਂਦਾ ਹਰ ਐਪੀਸੋਡ ਚ ਮੈਨੂੰ ਕਿ ਅਸੀਂ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਤਰੀਕੇ ਨਾਲ ਕਰਦੇ ਬਿਮਾਰੀ ਸ਼ਰੀਰ ਦੀ ਕੋਈ ਹੋਵੇ ਪਾਵੇਂ ਕੋਈ ਚਮੜੀ ਦੀ ਬਿਮਾਰੀ ਹੋਵੇ ਪਾਵੇਂ ਕੈਂਸਰ ਤੱਕ ਦਾ ਇਲਾਜ ਆਯੁਰਵੈਦਿਕ ਚ ਕਰ ਲਈਦਾ ਪਾਵੇਂ ਕੋਈ ਪ੍ਰੋਸਟੇਟ ਕੈਂਸਰ ਹੈ ਬ੍ਰੈਸਟ ਕੈਂਸਰ ਹੈ ਓਵਰੀਅਨ ਕੈਂਸਰ ਹੈ ਦੀ ਉਮਰ ਤੱਕ ਗਿਲਟੀਆਂ ਹਰਨੀਆਂ ਅੰਬਲਾਈਕਲ ਹਰਨੀਆਂ ਹਾਈਟਸ ਹਰਨੀਆਂ ਇੰਗੁਆਇਨਲ ਹਰਨੀਆਂ ਗੈਸਟ੍ਰਾਈਟਸ ਇੰਡਾਈਜੈਸ਼ਨ ਡਿਸਪੈਪਸੀਆ ਇਸੇ ਤਰ੍ਹਾਂ ਹੀ ਮਰਦਾਨਾਂ ਤੱਕ ਦੀ ਦਵਾਈ ਸਾਡੀ ਬਹੁਤ ਜਾਂਦੀ ਆ ਪਲੱਸ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਮੋਟਾਪਾ ਸ਼ੋਰਟ ਦੇ ਵਿੱਚ ਦਸੀਏ ਤਾਂ A to Z ਸਰੀਰ ਦੀ ਕੋਈ ਬਿਮਾਰੀ ਹੋਵੇ ਹਰ ਬਿਮਾਰੀ ਦਾ ਇਲਾਜ ਹੈ ਤੇ ਆਯੁਰਵੈਦਿਕ ਨੇਚਰਲ ਵੇ ਸਮਝੋ ਵੀ ਤੁਸੀਂ ਕੋਈ ਸਪਲੀਮੈਂਟਸ ਲੈ ਰਹੇ ਹੋ ਕਿਉਂਕਿ ਹਰ ਇਨਸਾਨ ਦਾ ਸਰੀਰ ਉਹਦੇ ਦੋਸ਼ਾਂ ਦੇ ਹਿਸਾਬ ਨਾਲ ਦਵਾਈ ਦਿੱਤੀ ਜਾਂਦੀ ਵਾਤਜ ਪੇਤਜ ਕਫਜ ਕਈ ਤਰ੍ਹਾਂ ਦੇ ਦੋਸ਼ ਹੁੰਦੇ ਆ ਪਰ ਕਿਉਂਕਿ ਮੌਸਮ ਬਦਲ ਰਿਹਾ ਇਹ ਮੌਸਮ ਜਿਹੜਾ ਬਦਲ ਰਿਹਾ ਵਾਤ ਵਿਆਦੀ ਤੇ ਕਫ ਵਿਆਦੀ ਜ਼ਿਆਦਾ ਹੋਣੀ ਹੈ ਔਰ ਵਾਤ ਵਿਅਦੀ ਦੇ ਵਿੱਚ ਚੈਸਟ ਪ੍ਰੋਬਲਮਸ ਹੁੰਦੀਆਂ। ਛਾਤੀ 'ਚ ਦਰਦ ਹੋਏਗੀ, ਪੱਠੀਆਂ 'ਚ ਦਰਦ ਹੋਏਗੀ, ਜ਼ਿਆਦਾ ਛਾਤੀ ਦੇ ਇਨਫੈਕਸ਼ਨ ਹੋਏਗੀ, ਖਾਂਸੀ, ਨਜ਼ਲਾ, ਰੇਸ਼ਾ, ਮੱਥਾ ਪਾਰਾ। ਔਰ ਠੀਕ ਹੈ, ਵਾਇਰਲ ਮੈਂ ਕਿੰਨਾ ਵੀ ਠੀਕ ਹੈ ਦੁਨੀਆ ਭਰ ਦੇ ਵੈਕਸੀਨੇਸ਼ਨ ਚੱਲ ਪਏ ਆ। ਐਨੇ ਵੈਕਸੀਨਸ, ਕਈ ਬੰਦੇ ਤਾਂ ਵੈਕਸੀਨ ਤੋਂ ਵੀ ਤੰਗ ਆ ਗਏ। ਆਪਣੀ ਪ੍ਰੀਕਾਸ਼ਨ ਰੱਖੋ, ਪ੍ਰੀਕਾਸ਼ਨ ਤੇ ਇਹ ਹੀ ਆ ਤੁਸੀਂ ਵੀ ਮਾਸਕ ਜ਼ਰੂਰ ਪਾਓ। ਡਿਸਟੈਂਸ ਰੱਖੋ ਗਰਾਰੇ ਕਰੋ ਦਿਨ ਚ ਚਾਰ ਵਾਰੀ ਗਰਮ ਪਾਣੀ ਪੀਓ ਚਾਰ ਵਾਰੀ ਕੌਫੀ ਪੀਓ ਸੇਲਾਈਨ ਵਾਟਰ ਗਾਰਗਲਸ ਕਰੋ ਇਹ ਗੱਲਾਂ ਕਰ ਰਹੇ ਜਿਨ੍ਹਾਂ ਨੂੰ ਮਾੜੀ ਜਿਹੀ ਵੀ ਦੇਖਣ ਵੀ ਖਾਂਸੀ ਰਸ਼ਾ ਸ਼ੁਰੂ ਹੋਏ ਜਾਂ ਗਲੇ ਚ ਕਰਾਸ਼ ਹੋ ਗਈ ਆ ਹਾਂ ਵਾਇਰਸ ਦਾ ਸਭ ਤੋਂ ਜ਼ਿਆਦਾ ਡਰ ਉਹ ਹੀ ਜਿਹੜਾ ਕਰੋਨਾ ਕੋਵਿਡ ਆਪਾਂ ਕਹਿੰਦੇ ਨੇ ਉਦੋਂ ਹੁੰਦਾ ਵੀ ਜੇ ਨਾਲ ਬੁਖਾਰ ਬਹੁਤ ਹਾਈ ਹੋ ਰਿਹਾ बुखार उतर ਨਹੀਂ ਰਿਹਾ ਇਹਦੇ ਚ ਕੋਈ ਸ਼ੱਕ ਨਹੀਂ ਕਿ ਇੱਕ ਵਾਰੀ ਘਰ ਚ ਕਿਸੇ ਨੂੰ ਵੀ ਹੋ ਜੇ ਭਾਵੇਂ ਸਿੰਪਲ ਫਲੂ ਹੋ ਜੇ ਹੌਲੀ ਹੌਲੀ ਸਾਰੇ ਫੈਮਿਲੀ ਨੂੰ ਹੁੰਦਾ ਹੀ ਆ ਕਿਉਂਕਿ ਇਟ ਇਜ਼ ਵੈਰੀ ਕੰਟੈਗਿਅਸ ਇਟ ਇਜ਼ ਵੈਰੀ ਇਨਫੈਕਸ਼ੀਅਸ ਔਰ ਐਂਟੀਬਾਇਟਿਕ ਦਾ ਇਹਦੇ ਚ ਕੋਈ ਰੋਲ ਨਹੀਂ ਹੁੰਦਾ ਕਿ ਵਾਇਰਸ ਕੋਈ ਵੀ ਹੋਵੇ ਛੋਟਾ ਜਿਹਾ ਬੈਕਟੀਰੀਆ ਵੱਖਰੇ ਨੇ ਵਾਇਰਸ ਵੱਖਰੇ ਨੇ ਬੈਕਟੀਰੀਆ ਐਂਟੀਬਾਇਟਿਕਸ ਨਾਲ ਸੁਪਰੈਸ ਹੋ ਜਾਂਦੇ ਨੇ ਲੇਕਿਨ ਵਾਇਰਸ ਨੇ ਤੁਸੀਂ ਮੇਰੇ ਲੱਖਾਂ ਐਪੀਸੋਡ ਆ ਚੁੱਕੇ ਹਰ ਵਾਰੀ ਸੁਣਿਆ ਹੋਣਾ ਕਿ ਆਈ ਐਮ ਦਾ ਵਨ ਟੈਲਿੰਗ ਇਫ ਯੂ ਟੇਕ ਮੈਡੀਸਨ ਇਟ ਵਿਲ ਟੇਕ 2 ਵੀਕਸ ਇਫ ਯੂ ਡੋਨਟ ਟੇਕ ਮੈਡੀਸਨ ਇਟ ਵਿਲ ਟੇਕ 14 ਡੇਸ ਕਹਿੰਦਾ ਮਤਲਬ ਹੈ ਵੀ ਦੋ ਹਫਤੇ ਤੇ ਇਹਨੇ ਵੈਸੇ ਵੀ ਲੈ ਜਾਣਾ ਹੀ ਹੁੰਦੇ ਇੱਕ ਵਾਰੀ ਜੇ ਫਲੂ ਹੋ ਗਿਆ ਜੇ ਵਾਇਰਲ ਉਹ ਲੋਕ ਬਚਦੇ ਜਿਹੜੇ ਦੂਜੇ ਤੀਜੇ ਦਿਨ ਹੀ ਸਾਨੂੰ ਰੀਚ ਕਰ ਲੈਂਦੇ ਅਸੀਂ ਉਹਨਾਂ ਨੂੰ ਕਦੇ ਹਫਤੇ ਤੋਂ ਜ਼ਿਆਦਾ ਨਹੀਂ ਪੈਣ ਦਿੱਤਾ ਕਾਰਨ ਕਿ ਉਹਨਾਂ ਦਾ ਜਦੋਂ ਤੁਹਾਨੂੰ ਪਤਾ ਲੱਗੇ ਨਾ ਵੀ ਮੈਨੂੰ ਗਲੇ 'ਚ ਖਰਾਸ਼ ਹੋਣ ਲੱਗ ਗਈ ਹੈ ਜਾਂ ਥੋੜੀ ਬਹੁਤੀ ਖਾਂਸੀ ਨਜ਼ਲਾ ਰੇਸ਼ਾ ਨਿਚਾ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਆਣ ਲੱਗਿਆ ਪਹਿਲੇ ਦੂਜੇ ਤੀਜੇ ਦਿਨ ਆਯੁਰਵੈਦਿਕ ਟੋਟਲੇ ਜਿਹੜੇ ਤੁਹਾਡੇ ਰਸੋਈ ਚ ਜਾਂ ਘਰ ਬੈਠੇ ਕਰ ਸਕਦੇ ਹੋ ਜਿੰਜਰ ਟੀ ਪੀਓ ਅਦਰਕ ਲਸਣ ਪਿਆਜ਼ ਤੇ ਜੋਰ ਲਾ ਦਿਓ ਸਿਨਮਨ ਤੇ ਜੋਰ ਲਾ ਦਿਓ ਰਾਤ ਨੂੰ ਸੌਣ ਲੱਗਿਆਂ ਦੁੱਧ ਚ ਹਲਦੀ ਪਾ ਕੇ ਪੀ ਲਓ ਰਾਤ ਨੂੰ ਸੌਣ ਲੱਗਿਆਂ ਦਹੀਂ ਨਾ ਖਾਓ ਲੇਕਿਨ ਸੇਲਾਈਨ ਵਾਟਰ ਗਾਰਗਲਸ ਬਾਰ ਬਾਰ ਕਰੋ ਨਮਕ ਵਾਲੇ ਪਾਣੀ ਦੇ ਗਰਾਰੇ ਜ਼ਰੂਰ ਕਰੋ ਸ਼ਾਵਰ ਲੈਂਦੇ ਹੋਏ ਵੀ ਤੁਸੀਂ ਮੱਥੇ ਤੇ ਗਰਮ ਪਾਣੀ ਪੈਨਦੇ ਹੋ ਉਹਦਾ ਮਕਸਦ ਸਿਰਫ ਇੰਨਾ ਹੀ ਹੁੰਦਾ ਹੈ ਕਿ ਜੇ ਬਲਗਮ ਅੰਦਰ ਜੰਮ ਜਾਏ ਤੇ ਉਹ ਇਨਫੈਕਸ਼ਨ ਕਰੇਗੀ ਤੇ ਬੁਖਾਰ ਹੋਏਗਾ ਬਲਗਮ ਨੂੰ ਅੰਦਰ ਜੰਮਣ ਨਹੀਂ ਦੇਣਾ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਉਹਨੂੰ ਬਾਹਰ ਕਢਣਾ ਆਪਣੇ ਆਪ ਜਿਹੜੇ ਮੈਂ ਟੋਟ ਕੇ ਨੁਸਖੇ ਦੱਸਦਾ ਤੁਸੀਂ ਉਹਦੇ ਨਾਲ ਕਰਨੀ ਹੈ ਲੇਕਿਨ ਸਾਡੀ ਦੇਸੀ ਦਵਾਈ ਮੇਰੇ ਕੋਲ ਕਈ ਤਰ੍ਹਾਂ ਦੇ ਡਰਾਪਸ ਹੁੰਦੇ ਆ ਕਈ ਤਰ੍ਹਾਂ ਦੀ ਪਾਫ ਲੈਣ ਲਈ ਚੀਜ਼ਾਂ ਹੁੰਦੀਆਂ ਕਈ ਸਾਡੀਆਂ ਦੇਸੀ ਦਵਾਈਆਂ ਹੁੰਦੀਆਂ ਜਿਨ੍ਹਾਂ ਦਾ ਮਤਲਬ ਕੀ ਹੁੰਦਾ ਬਲਗਮ ਨੂੰ ਬਾਹਰ ਕਢੋ ਕਾਂਸੀ ਨਜ਼ਲਾ ਰੇਸ਼ਾ ਜ਼ੁਕਾਮ ਦਮਾ ਟੀਬੀ ਨਮੋਣੀਆਂ ਹਰ ਛਾਤੀ ਦੀ ਬਿਮਾਰੀ ਦਾ ਸਾਡਾ ਇੱਕੋ ਹੀ ਤਰੀਕਾ ਹੁੰਦਾ ਐ ਐਕਸਪੈਕਟੋਰੇਸ਼ਨ ਬ੍ਰੌਂਕੋ ਡਾਇਲੇਟੇਸ਼ਨ ਇਹਦਾ ਮਤਲਬ ਪੰਜਾਬੀ ਚ ਕਿ ਜਿੱਥੇ ਜਾ ਕੇ ਫੇਫੜਿਆਂ ਦੇ ਵਿੱਚ ਰੇਸ਼ਾ ਜਮਦੀ ਆ ਸਾਹ ਦੀ ਤਕਲੀਫ ਹੁੰਦੀ ਆ ਸਾਹ ਲੈਣ ਚ ਤਕਲੀਫ ਹੁੰਦੀ ਆ ਛਾਤੀ ਚੋਂ ਆਵਾਜ਼ ਆਉਣ ਲੱਗ ਜਾਂਦੀ ਬਾਰ ਬਾਰ ਜਿਹੜੀ ਜਦੋਂ ਤੁਸੀਂ ਦੇਖੋ ਡਾਕਟਰ ਕੋ ਜਾਂਦੇ ਸਥੈਥੋਸਕੋਪ ਨਾਲ ਲਾ ਕੇ ਕੀ ਦੇਖਦੇ ਆ ਕਿ ਵੀਜ਼ਿੰਗ ਸਾਊਂਡਸ ਤਾਂ ਨਹੀਂ ਕਰੈਪਟਸ ਨਹੀਂ ਜਿੰਨਾਂ ਨੂੰ ਦਮਾ ਉਹ ਵੀ ਜੇ ਇਲਾਜ ਹੈ ਤੇ ਦੇਸੀ ਕਿਉਂ ਹਰ ਦੇਸੀ ਦਵਾਈ ਨਾਲ ਬਲਗਮ ਬਾਹਰ ਨਿਕਲਣੀ ਹੈ ਛਾਤੀ ਸਾਫ਼ ਹੋਣੀ ਹੈ ਆਕਸੀਜਨ ਜ਼ਰੂਰੀ ਹੈ ਤੁਸੀਂ ਫਰੈਸ਼ ਆਕਸੀਜਨ ਜ਼ਰੂਰ ਲਓ ਲੇਕਿਨ ਕਿਉਂ ਹਾਂ ਅੱਜ ਕੱਲ ਦੇ ਮੌਸਮ ਦੇ ਵਿੱਚ ਜਦੋਂ ਹਰ ਪ੍ਰੋਗਰਾਮ ਚ ਮੈਂ ਕਹਿੰਨਾ ਵੀ ਫਰੈਸ਼ ਆਕਸੀਜਨ ਠੀਕ ਹੈ ਪਰ ਜੇ ਕੋਵਿਡ ਕਰੋਨਾ ਖਾਂਸੀ ਨਜ਼ਲਾ ਰੇਸ਼ਾ ਜ਼ੁਕਾਮ ਫਲੂ ਤੇ ਮਾਸਮ ਜੇ ਤੁਸੀਂ ਵਿంటర్ ਤੋਂ ਬਚਣਾ ਐ ਐਕਸਪੋਜ਼ਰ ਤੋਂ ਬਚਣਾ ਇੱਕ ਜੇ ਕਿਸੇ ਨੂੰ ਹੋ ਗਿਆ ਤੇ ਡਿਸਟੈਂਸ ਜ਼ਰੂਰ ਰੱਖੋ ਮਾਸਕ ਜ਼ਰੂਰ ਪਾਓ ਔਰ ਉਸ ਵੇਲੇ ਉਹਦੇ ਲਾਗੇ ਬਹੁਤਾ ਜੇ ਤੁਹਾਡੇ ਪਾਸ ਕਰਦੇ ਕਰਦੇ ਜੇ ਮਾਸਕ ਨਹੀਂ ਵੀ ਤੇ ਤੁਹਾਨੂੰ ਸ਼ੱਕ ਆ ਨਾ ਕੋਈ ਕੋਲੋਂ ਪਾਸ ਕਰੇ ਤੇ ਸਾਹ ਨਾ ਲਓ ਮੇਰੀ ਯਾਦਤ ਹੈ ਮੇਰੀ ਐਨੀ ਉਮਰ ਹੋ ਗਈ ਜਦੋਂ ਮੈਂ ਦੂਰੋਂ ਕੋਈ ਪੈਦਲ ਜਾਂਦਾ ਵਾਂ ਤੇ ਕੋਲੋਂ ਪਾਸ ਕਰਦੇ ਉਸ ਵੇਲੇ ਮੈਂ ਬਰੀਦ ਹੀ ਨਹੀਂ ਕਰਦਾ ਮੈਂ ਸਾਹ ਰੋਕ ਲੈਣਾ ਐਦਾਂ ਸਾਹ ਰੋਕ ਲਓ ਜਦੋਂ ਕੋਈ ਪਾਸ ਕਰ ਗਿਆ ਐਕਸਪਲੋਰ ਕਰ ਦਿਓ ਇਦਾਂ ਕਰਕੇ ਸਾਹ ਛੱਡ ਦਿਓ ਵਾਈ ਬਿਕਾਜ਼ ਯੂ ਆਰ ਨਾਟ ਇਨਹੇਲਿੰਗ ਐਨੀਥਿੰਗ ਯੂ ਆਰ ਐਕਸਹੇਲਿੰਗ ਜੇ ਕਿਸੇ ਚਾਂਸ ਦੇ ਵਿੱਚ ਤੁਹਾਨੂੰ ਲੱਗਦਾ ਹਵਾ ਦੇ ਵਿੱਚੋਂ ਵੀ ਕੋਈ ਵਾਇਰਸ ਕੋ ਬੈਕਟੀਰੀਆ ਨੱਕ ਰਸਤੇ ਅੰਦਰ ਜਾਂਦਾ ਜਲਦੀ ਉਸ ਵੇਲੇ ਨਾਲ ਜੇ ਪਾਸ ਕਰਦੇ ਮਾਸਕ ਨਹੀਂ ਵੀ ਪਾਇਆ ਤੇ ਕੋਲੋਂ ਨੰਗੇ ਦੇ ਸਾਹ ਨਹੀਂ ਲੈਣਾ ਵੰਗੋ ਇਤਿਆਤ ਰੱਖ ਲਓ ਜਾਂ ਇਹ ਤਾਂ ਸਿੰਪਲ ਨੁਸਕੇ ਹੁੰਦੇ ਬਾਕੀ ਤਾਂ ਘਰ ਚ ਤੁਸੀਂ ਚਵਨਪਰਾਸ਼ ਲੈ ਸਕਦੇ ਹੋ ਇਸੇ ਤਰ੍ਹਾਂ ਹੀ ਤੁਲਸੀ ਜਿੰਜਰ ਟੀ ਤੁਲਸੀ ਲਸਣ ਪਿਆਜ਼ ਇਹ ਨੇਚਰਲ ਐਂਟੀਬਾਇਓਟਿਕ ਨੇ ਚਵਨਪਰਾਸ਼ ਨਿਕੋਰਾਈਸ ਮਲਠੀ ਜਿਹਨੂੰ ਕਹਿੰਦੇ ਮਲਠੀ ਮੂੰਹ ਚ ਰੱਖ ਲਓ ਔਰ ਹਰ ਵੇਲੇ ਕੋਸ਼ਿਸ਼ ਕਰੋ ਕਿ ਤੁਹਾਡੇ ਫਰੈਸ਼ ਐਟਮੋਸਫੇਅਰ ਰਹੋ ਡਸਟੀ ਪੋਲੂਸ਼ਨ ਤੋਂ ਦੂਰ ਰਹੋ ਇਹ ਜਿਹੜਾ ਫਲੂ ਖਾਂਸੀ ਨਜ਼ਲਾ ਰੇਸ਼ ਆ ਆਮ ਕਈ ਤਰ੍ਹਾਂ ਦੇ ਕਈਆਂ ਨੂੰ ਅਲਰਜੀ ਹੁੰਦੀ ਹੈ ਕਿਸੇ ਨੂੰ ਪੋਲਨਗੇ એનર્ਜੀ ਆ ਜਦੋਂ ਮੌਸਮ ਬਦਲਦਾ ਹਮੇਸ਼ਾ ਉਹਨਾਂ ਨੂੰ ਕਾਂਸੀ ਨੇ ਕਈਆਂ ਦੇ ਨੱਕ ਦੀ ਹੱਡੀ ਵਧੀ ਹੁੰਦੀ ਆ ਸਾਰੀ ਉਮਰ ਉਹਨਾਂ ਨੂੰ ਇਹ ਸਾਹ ਪੂਰਾ ਖਿੱਚ ਕੇ ਨਹੀਂ ਆਂਦਾ ਉਹਦੇ ਲਈ ਜਿਸ ਤਰ੍ਹਾਂ ਮੈਂ ਕਹਿੰਨਾ ਜਿੰਦਾ ਵਿਕਸ ਦੀ ਭਾਫ ਲਈਦੀ ਇਦਾਂ ਦੀ ਸਾਡੇ ਕੋਲ ਡਰਾਪਸ ਹੁੰਦੇ ਆ ਲੇਟ ਕੇ ਤੁਸੀਂ ਨੱਕ 'ਚ ਦੋ ਬੂੰਦਾ ਪਾਓ ਅੰਦਰ ਸਾਖੇ ਚਲੋ ਗਲੇ ਤੱਕ ਆ ਜਾਏ ਤੇ ਉਹਨੂੰ ਬਾਹਰ ਸੁੱਟ ਦਿਓ ਨੀਜ਼ਲ ਪੈਸੇਜਸ ਬਲੌਕ ਹੋਣ ਡੀ ਐਨ ਐਸ ਹੋਵੇ ਡਿਵੀਏਟਲ ਨੀਜ਼ਲ ਸੈਪਟਮ ਜਿਹਨੂੰ ਕਹਿੰਦੇ ਆ ਨੱਕ ਦੀ ਬਲੌਕੇਜ ਹੋਵੇ ரைਨੋਰੀਆ রাইਨਾਈਟਸ ਮਤਲਬ ਨੱਕ ਚੋਂ ਪਾਣੀ ਵਗਦਾ ਹੋਵੇ ਅੱਖਾਂ ਚੋਂ ਪਾਣੀ ਵਗਦਾ ਹੋਵੇ ਫਲੂ ਕਈ ਤਾਂ ਨਾ ਵਿਗੜ ਵੀ ਜਾਂਦਾ ਜਿਆਦਾ ਖਤਰਾ ਉਦੋਂ ਹੁੰਦਾ ਹਾਂ ਜੇ ਕੋਰੋਨਾ ਜਾਂ ਵਾਇਰਸ ਹੈ ਇਹ ਤੋਂ ਪਹਿਲਾਂ ਕਿ ਇਹ ਲੇਟਰ ਸਟੇਜ ਚ ਚੱਲ ਜਾਏ ਹਫਤਾ 10 ਦਿਨ ਤੋਂ ਬਾਅਦ ਬੁਖਾਰ ਨਾ ਟੁੱਟੇ ਫੇਰ ਤੁਹਾਨੂੰ ਪ੍ਰੋਪਰ ਟੇਕ ਕੇਅਰ ਕਰਨੀ ਪੈਣੀ ਹੈ ਪਰ ਅਸੀਂ ਉਹ ਪਿਛਲੇ ਸਾਲ ਵੀ ਜਿਹੜੇ ਸੀਰੀਅਸ ਸੀਰੀਅਸ ਕੇਸਿਸ ਡੀਲ ਕੀ ਸਾਡਾ ਮੇਨ ਮਕਸਦ ਹੁੰਦਾ in cruise journey immunity boost up your immune system ਚੰਗੇ ਭਲੇ ਲੋਕੇ ਮੇਰੇ ਕੋਲੋਂ ਹਮੇਸ਼ਾ ਹੀ ਸਰਦੀ ਸ਼ੁਰੂ ਹੁੰਦੀ ਹੈ ਇਮਿਊਨਿਟੀ ਦੀ ਦਵਾਈ ਮੰਗਾਂਦੇ ਔਰ ਕਈ ਐਸੇ ਵੀਰ ਨੇ ਸੱਜਣ ਮਿੱਤਰ ਭੈਣ ਭਰਾ ਮੈਂ ਦੇਖੇ ਜਿਹੜੇ ਖਾਂਦੇ ਹੀ ਰਹਿੰਦੇ ਆ ਇਹ ਚੀਜ਼ਾਂ ਜਾਂ ਤੇ ਤੁਸੀਂ ਆਪਣੇ ਘਰ ਦੇ ਟੋਟਕਿਆਂ ਤੋਂ ਟੂ ਕਰੋ 100 ਚੀਜ਼ਾਂ ਅਸੀਂ ਘਰ ਬਣਾ ਸਕਦੇ ਜਿਹੜੀਆਂ ਰਸੋਈ ਚ ਹੀ ਆ ਹੈ ਜਿੰਜਰ ਟੀ ਜਿੱਦਾਂ ਮੈਂ ਦੱਸਿਆ ਐਸੇ ਤਰ੍ਹਾਂ ਹੀ ਲਸਣ ਕੁੱਟ ਕੇ ਪਿਆਜ਼ ਕੁੱਟ ਕੇ ਪਿਛਲੇ ਸਾਲ ਮੈਂ ਕਿੰਨੇ ਨੁਸਖੇ ਦੱਸੇ ਸੀ ਤੁਸੀਂ ਉਹਨਾਂ ਦੇ ਐਕਸਟ੍ਰੈਕਟ ਪੀ ਸਕਦੇ ਹੋ ਨਿੰਬੂ ਪਾ ਕੇ ਸ਼ਹਿਦ ਪਾ ਕੇ ਪਰ ਸ਼ਹਿਦ ਜਦੋਂ ਪਾਣਾ ਗਰਮ ਚ ਨਹੀਂ ਪਾਣਾ ਜੇ ਗਰਮ ਦੁੱਧ ਜਾਂ ਜਦ ਤੁਸੀਂ ਬੋਇਲ ਉਹਦੇ ਗਰਮ ਚ ਨਹੀਂ ਪਾਣਾ ਜੇ ਕੋਈ ਐਕਸਟ੍ਰੈਕਟ ਬਣਾ ਰਹੇ ਹੋ ਕੋਈ ਕਾੜਾ ਬਣਾ ਰਹੇ ਹੋ ਸ਼ਹਿਦ ਗਰਮ ਚ ਨਹੀਂ ਪਾਣਾ ਔਰ ਨਿੰਬੂ ਵੀ ਗਰਮ ਚ ਨਹੀਂ ਪਾਣਾ ਜਦੋਂ ਠੰਡਾ ਹੋ ਜਾਏ ਉਦੋਂ ਪਾਣਾ ਜੇ ਤੁਸੀਂ ਸਮਝੋ ਸਿਨਮਨ ਲਸਣ ਹਲਦੀ ਪਿਆਜ਼ ਨਿੰਬੂ ਕੁੱਟ ਕੇ ਇਹਦਾ ਕੋਈ ਐਕਸਟ੍ਰੈਕਟ ਬਣਾ ਕੇ ਪਾਣੀ ਬੋਇਲ ਕਰਕੇ ਸਵੇਰੇ ਉੱਠ ਕੇ ਰੋਜ਼ ਪੀ ਲਓ ਨਹੀਂ ਤੇ ਰਾਤ ਨੂੰ ਸੌਣ ਲੱਗਿਆਂ ਵੀ ਇੱਕ ਵਾਰੀ ਪੀ ਲਓ ਇਹ ਚੀਜ਼ਾਂ ਨਜ਼ਲਾ ਰੇਸ਼ਾ ਕਾਉਂਸੀ ਜੋ ਕਾਮ ਫਲੂ ਨੂੰ ਹਰ ਤਰ੍ਹਾਂ ਕਵਰ ਕਰਦੀਆਂ ਪਿਆਰੇ ਦਰਸ਼ਕੋ ਮੌਸਮ ਬਦਲ ਰਿਹਾ ਠੰਡ ਸ਼ੁਰੂ ਹੋ ਗਈ ਆ ਹਮੇਸ਼ਾ ਹੀ ਇਹ ਚੀਜ਼ਾਂ ਦੋ ਚੀਜ਼ਾਂ ਅੱਜਕਲ ਜਿਆਦਾ ਹੁੰਦੀਆਂ ਜਾਂ ਤੇ just infection upper respiratory tract infection influenza cold flu viral ਜਾਂ ਦਰਦਾਂ ਸ਼ੁਰੂ ਹੋਣ ਗਿਆ ਕਈਆਂ ਨੂੰ ਮੈਂ ਦੇਖਿਆ ਕਈਆਂ ਦੀ ਬਲੱਡ ਸਪਲਾਈ ਦੀ ਪ੍ਰੋਬਲਮ ਹੈ ਲੱਤਾਂ ਪੈਰ ਸੌਣ ਲੱਗ ਜਾਂਦੇ ਆ ਦਰਦਾਂ ਅਲੱਗ ਹੈ ਨਾਲ sciatica ਲੱਤ 'ਚ ਦਰ ਜਾਂਦੀ ਹੈ ਬੈਕ 'ਚ ਦਰ ਜਾਂਦੀ ਹੈ ਪਰ ਕਈਆਂ ਦੇ ਕੀ ਹੈ ਕਿ ਉਂਗਲਾ ਇੱਥੇ ਤੱਕ ਸੌਣ ਲੱਗ ਜਾਂਦੀ ਹੈ ਇੱਕ ਉਂਗਲ ਤੇ ਉਂਗਲ ਦੂਜੀ ਚੜ ਜਾਂਦੀ ਹੈ ਕਿਉਂ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਦੀ ਉਹਨਾਂ ਦਾ ਸਰਕੂਲੇਟਰੀ ਸਿਸਟਮ ਪ੍ਰੋਪਰ ਨਹੀਂ ਹੁੰਦਾ ਉਹਦੇ ਸਾਨੂੰ ਫਿਰ ਲੈਗਸ ਦੇ ਲਈ ਵੇਨਸ ਦੇ ਲਈ ਸਪੈਸ਼ਲ ਦੂਸਰੀ ਸਪਲਾਈ ਭੇਜਣੀ ਪੈਂਦੀ ਹੈ ਜਿਨ੍ਹਾਂ ਦੀ ਬਲੱਡ ਸਰਕੂਲੇਸ਼ਨ ਪੂਰੀ ਥਾਰੋੜੀ ਸਾਰੇ ਬਾਡੀ ਦੇ ਵਿੱਚ ਸਰਕੂਲੇਟ ਕਰੇ ਬਲੱਡ ਸਰਕੂਲੇਸ਼ਨ ਕਿਸੇ ਤਰ੍ਹਾਂ ਵੀ ਰੁਕ ਜਾਏ ਪਾਵੇਂ ਨੰਬਨੈਸ ਹੋਵੇ ਪਾਵੇਂ ਨਰਵਸ ਪ੍ਰੋਬਲਮ ਕਰਕੇ ਬਲੱਡ ਸਰਕੂਲੇਸ਼ਨ ਰੁਕੀ ਹੋਵੇ ਪਾਵੇਂ 슈ਗਰ ਕਰਕੇ ਵੀ ਇੱਕ ਮੈਂ ਕਈ ਐਪੀਸੋਡਸ ਦੱਸ ਚੁੱਕਾ ਡਾਇਬੀਟਿਕ ਨਿਊਰੋਪੈਥੀ ਜਿਹਨੂੰ ਕਹਿੰਦੇ ਆ ਜਿਨ੍ਹਾਂ ਨੂੰ 슈ਗਰ ਹੈ ਉਹਨਾਂ ਨੂੰ ਲੇਟਰ ਸਟੇਜ ਚ ਡਾਇਬੀਟਿਕ ਨਿਊਰੋਪੈਥੀ ਹੁੰਦੀ ਹੈ ਜਿਹਦਾ ਨਾ ਕੀ ਹੋਏਗਾ ਉਂਗਲਾਂ ਸੌਣ ਲੱਗ ਜਾਂਦੀਆਂ ਲੱਤਾਂ ਸੌਣ ਲੱਗ ਜਾਂਦੀਆਂ ਪੈਰ ਸੌਣ ਨੂੰ ਲੱਗ ਜਾਂਦੇ ਐਦਾਂ ਲੱਗੇਗਾ ਟਿੰਗਲਿੰਗ ਸੈਂਸੇਸ਼ਨ ਬਈ ਆਪਾਂ ਕੰਡਿਆਂ ਤੇ ਚੱਲਦੇ ਆਂ दैट इज ਵਾਈਟ ਇਜ਼ ਕਾਲਡ ਡਾਇਬੀਟਿਕ ਨਿਊਰੋਪੈਥੀ ਮੇਰੀ ਹਰ ਐਪੀਸੋਡ ਹਰ ਕੋਈ ਨਾ ਕੋਈ ਗੱਲ ਕੋਰਿਲੇਟ ਹੋ ਰਹੀ ਹੁੰਦੀ ਆ ਸੋ ਤੁਸੀਂ ਫਿਕਰ ਨਾ ਕਰੋ 슈ਗਰ ਹੋਵੇ ਬਲੱਡ ਪ੍ਰੈਸ਼ਰ ਹੋਵੇ ਕੋਲੇਸਟ੍ਰੋਲ ਹੋਵੇ ਦਵਾਈ ਸ਼ਰਤियां ਔਰ ਇਹ ਨਹੀਂ ਕਿ ਬਲੱਡ ਪ੍ਰੈਸ਼ਰ ਹੈ ਤੇ ਸਾਰੀ ਉਮਰ ਤੁਹਾਨੂੰ ਐਂਬਲੋਡਿਪਿਨ ਵੈਸਿਲੇਟ ਜਾਂ ਲਾਈਸਿਨੋਪ੍ਰਿਲ ਜਾਂ ਲੋਸਾਰਟਨ ਸਾਰੀ ਉਮਰ ਖਾਣੀ ਪੈਣੀ। ਦੇਸੀ ਦਵਾਈ ਅਰਜੁਨਾ, ਰਾਵਵਾਲਫੀਆ ਸਰਪੈਂਟਾਈਨਾ, ਵਿਦੇਨੀਆ ਸੋਮਨੀਫੇਰਾ, ਟ੍ਰੈਬਲਸਟ੍ਰਾਸਟ੍ਰਿਸ, ਮਿਊਕੋਨਾ ਪ੍ਰੂਰੀਐਂਸ ਇਹ ਚੀਜ਼ਾਂ ਦੇਸੀ ਹੁੰਦੀਆਂ ਜਿਹਦਾ ਕੋਈ ਨੁਕਸਾਨ ਨਹੀਂ। ਸਟ੍ਰੈਸ ਲਈ ਵੀ ਠੀਕ, ਐਂਗਜ਼ਾਇਟੀ ਲਈ ਵੀ ਠੀਕ, ਡਿਪਰੈਸ਼ਨ ਲਈ ਵੀ ਠੀਕ, ਬਲੱਡ ਪ੍ਰੈਸ਼ਰ ਲਈ ਵੀ ਠੀਕ। ਹਾਥ ਆਨ ਬੈਰੀਸ ਸਾਲਟ ਐਂਡ ਫੈਟ ਰਿਸਟ੍ਰਿਕਟਡ ਡਾਈਟ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜ਼ਿਆਦਾ ਨਮਕ ਕਿਉ ਘਟਾ ਦਿਓ ਪੋਟਾਸ਼ੀਅਮ ਵਧਾ ਦਿਓ ਪੋਟਾਸ਼ੀਅਮ ਤੁਹਾਨੂੰ ਐਵੋਕਾਡੋ ਚ ਬਰੋਕਲੀ ਚ ਬਰੂਸਲਸ ਫਰੂਟ ਚ ਮਿਲਦਾ ਬਨਾਣਾ ਚ ਮਿਲਦਾ 120 80 ਰਵੇ ਸਾਰੇ ਨਾਲ ਵਧੀਆ ਕੋਈ ਫਿਕਰ ਨਾ ਕਰੋ ਕਈਆਂ ਦੀ ਉਮਰ 60 70 ਸਾਲ ਦੀ ਹੁੰਦੀ ਹੈ ਕਹਿੰਦੇ ਜੀ 140 50 ਬਲੱਡ ਪ੍ਰੈਸ਼ਰ ਹੈ ਨਾਰਮਲ ਹੈ ਤੁਸੀਂ ਇਹ ਸਮਝੋ 100 ਪਲੱਸ ਉਮਰ ਨਾਰਮਲ ਇੱਕ ਰਫ ਫਾਰਮੂਲਾ ਤੁਹਾਨੂੰ ਦੱਸਦਾ 110 ਟੂ 140 ਨਾਰਮਲ 110 ਤੋਂ 140 ਰਹਿਣਾ ਚਾਹੀਦਾ ਔਰ ਨਿਚਲਾ 60 ਟੂ 90 ਨੋਰਮਲ 60 ਤੋਂ 90 ਦੇ ਵਿੱਚ ਇਸੇ ਕਰਕੇ ਅਸੀਂ ਹਮੇਸ਼ਾ ਦੱਸਿਆ ਵੀ 120 80 ਉਹ ਪ੍ਰਭੂ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਅੱਜ ਤੱਕ 120 80 ਆ ਫਿਰ ਜਦੋਂ ਤੁਸੀਂ ਮੜ ਦੀ ਸਟ੍ਰੈਸ ਲੈ ਲਿਆ ਬਦਪਰੇ ਜੇ ਖਾ ਲਈ ਜਿਆਦਾ ਪੀਜ਼ਾ 버ਗਰ ਖਾ ਲਿਆ ਜਿਆਦਾ ਚਿਕਨ ਚਿਲੀ ਖਾ ਲਈ ਜਿਹੜੇ ਕਈ ਹੁੰਦਾ ਵੀ ਬਾਰੋਂ ਜੀ ਨਾਲੇ दारू ਦਾ ਪੈਗ ਲਾ ਲਈਏ ਨਾਲੋਂ ਬਾਰੋਂ ਜੀ ਉਹ ਚਿਕਨ ਨਾਲੇ ਰਾਈਸ ਬਹੁਤ ਸਵਾਦ ਹੀ ਡਾਕਟਰ ਸਾਹਿਬ ਉਹ ਲੈ ਕੇ ਜਾਣੇ ਅੱਜ ਉਹ ਫਿਰ ਜਦੋਂ ਚਿਕਨ ਦੇ ਰਾਈਸ ਜ਼ਿਆਦਾ ਖਾਦੇ ਜਾਂਦੇ ਜਦੋਂ ਬਟਰ ਉੱਪਰ ਪਾਇਆ ਜਾਂਦਾ ਤੇ ਨਾਲੇ ਦਾਰੂ ਦੋ ਜੀ ਬਜਾ ਚਾਰ ਪੈਗ ਪੀਤੇ ਜਾਂਦੇ ਫਿਰ ਬੀਪੀ ਸ਼ੂਟ ਕਰਦਾ ਫਿਰ ਰਾਤ ਨੂੰ ਸਿਰ ਪਾਰਾ ਹੁੰਦਾ ਉਹਦੇ ਨਾਲੋਂ ਬੈਟਰ ਇਹ ਆ ਕਿ ਇੱਕ ਪੈਗ ਲਾਓ ਤੇ ਨਾਲੇ ਫੇਸ਼ ਖਾ ਲੋ ਖੁਰਾਕ ਜ਼ਿਆਦਾ ਖਾ ਲੋ ਜੇ ਦਾਰੂ ਪੀਣਾ ਹੀ ਪੀਣਾ ਤੇ ਕਰੋ ਕਿ ਪੈਗ ਘੱਟ ਖੁਰਾਕ ਜ਼ਿਆਦਾ ਸਲਾਦ ਖਾ ਲੋ ਫਰੂਟ ਖਾ ਲੋ ਪੇਸ਼ ਕਰੋ ਤਲਿਆ ਘਟਾਓ 슈ਗਰ ਦੇ ਵਿੱਚ ਤੁਸੀਂ ਦੇਖੋ ਸਿਨਮਨ ਜਿਹੜਾ ਮੈਂ ਦੱਸਿਆ ਸਿਨਮੋਨ ਇੱਕ ਐਸੀ ਚੀਜ਼ ਆ ਕੋਲੇਸਟ੍ਰੋਲ ਲਈ ਵੀ ਚੰਗੀ ਮੋਟਾਪੇ ਲਈ ਵੀ ਚੰਗੀ 슈ਗਰ ਲਈ ਵੀ ਚੰਗੀ ਫਲੂ ਲਈ ਵੀ ਚੰਗੀ ਦਾਲ ਚੀਨੇ ਜਿਹਨੂੰ ਆਪਾਂ ਕਹਿੰਦੇ ਆ ਮੈਂ ਤਾਂ ਇਹੋ ਕਿਹਾ ਅੱਧੇ ਨੁਸਖੇ ਸਾਡੀ ਰਸੋਈ ਚ ਹੁੰਦੇ ਆ ਕਿੰਨੇ ਲੋਕੀ ਨੁਸਖੇ ਬਣਾਵਨਾ ਕਿ ਆਪੇ ਹੀ ਠੀਕ ਕਰ ਲੈਂਦੇ ਆ ਦਰਦਾਂ ਦੇ ਨੁਸਖੇ ਇਸੇ ਤਰ੍ਹਾਂ ਮੈਂ ਪੇਸਟ ਦੱਸਿਆ ਕਿ ਤੁਸੀਂ ਆਪ ਬਣਾ ਸਕਦੇ ਹੋ ਸੋ ਰੂਮਟਾਇਡ ਆਰਥਰਾਈਟਸ ਹੋਵੇ, ਆਸਟਿਓ ਆਰਥਰਾਈਟਸ ਹੋਵੇ, ਆਸਟਿਓਮਲਾਈਟਸ ਹੋਵੇ, ਆਸਟਿਓਪੀਨੀਆ ਹੋਵੇ ਜਾਂ ਗਾਊਟ ਆਰਥਰਾਈਟਸ ਹੋਵੇ। ਕਿੰਨੀ ਵਾਰੀ ਦੱਸਿਆ ਕਿ ਗਾਊਟ ਦਾ ਕਿੱਥੋਂ ਪਤਾ ਲੱਗਦਾ ਹੈ? ਪੈਰ ਦਾ ਅੰਗੂਠਾ ਲਾਲ ਹੋ ਜਾਏਗਾ। ਔਰ ਉੱਥੇ ਰੈੱਡਨੈਸ ਹੋਏਗੀ, ਬੁਖਾਰ ਜਿਹਾ ਗਰਮ ਹੋ ਜਾਏਗਾ। ਫਿਰ ਉਹਦਾ ਕਾਰਨ ਕਿਤਾ ਯੂਰਿਕ ਐਸਿਡ ਵੱਧ ਜਾਂਦਾ। ਯੂਰਿਕ ਐਸਿਡ ਵੱਧਦਾ ਤੇ ਤੁਹਾਨੂੰ ਮੈਂ ਪਿੱਛੇ ਵੀ ਦੱਸਿਆ ਸੀ ਕਿ ਯੂਰਿਕ ਐਸਿਡ ਦੇ ਕ੍ਰਿਸਟਲ ਬਣ ਜਾਂਣ ਤੇ ਇੱਕ ਤਾਈਓ ਕਿਹੜੀ ਗੁਰਦੇ ਚ ਪੱਥਰੀ ਹੋ ਜਾਂਦੀ ਆ ਯੂਰਿਕ ਐਸਿਡ ਗੁਰਦੇ ਦੀ ਪੱਥਰੀ ਦੇ ਤੁਹਾਨੂੰ ਦੱਸਿਆ ਜੀ ਕੈਲਸ਼ੀਅਮ ਆਕਸਲੇਟ ਕੈਲਸ਼ੀਅਮ ਫਾਸਫੇਟਸ ਤੇ ਯੂਰਿਟਸ ਇਸ ਕਰਕੇ ਅੱਜ ਦੇ ਐਪੀਸੋਡ ਚ ਆਪਾਂ ਮਿਕਸਡੀਆਂ ਗੱਲਾਂ ਕਰਦੇ ਆਂ ਵੀ ਤੁਹਾਨੂੰ ਜੇ ਸ਼ੂਗਰ ਹੈ ਤੇ ਤੁਹਾਡਾ ਆਪਣਾ ਪ੍ਰੇਜਾ ਵੀ ਮਿੱਠਾ ਬੰਦ ਚੀਤੀ ਚੀਜ਼ ਬੰਦ ਕਣਕ ਦਾ ਆਟਾ ਬੰਦ ਵੇਸਟਨ ਦਾ ਆਟਾ ਖਾ ਲੋ ਬਾਜਰੇ ਦਾ ਆਟੇ ਲੋ ਜੋ ਆਂਦਾ ਬਾਜਰੇ ਦਾ ਰੋਟੀ ਕੱਟ ਨਮਕ ਕੱਟ ਝਾਵਲ ਕੱਟ ਮਿੱਠਾ ਕੱਟ ਸਾਰੇ ਚਿੱਟੀ ਚੀਜ਼ ਪ੍ਰੇਸ ਜ਼ਿਆਦਾ ਇਹ ਚੀਜ਼ਾਂ ਦਾ ਨੋਟ ਕਰ ਲਓ ਵੇਟ ਵਧਾਉਂਦੀਆਂ ਤੇ ਪੇਟ ਵਧਾਉਂਦੀਆਂ ਤੁਸੀਂ 4 ਦਿਨ ਫੁਲਕਾ ਨਾ ਖਾਓ ਰੋਟੀ ਨਾ ਖਾਓ ਪਰੌਂਠੀਆਂ ਨਾ ਖਾਓ ਤੁਹਾਡਾ ਵੇਟ ਚੈੱਕ ਕਰ ਲਓ ਕਬਜ਼ ਸਭ ਬਿਮਾਰੀਆਂ ਦੀ ਜੜਾ ਕਬਜ਼ ਨੂੰ ਦੂਰ ਕਰਨਾ ਤੇ ਹਰੀਆਂ ਸਬਜ਼ੀਆਂ ਲਓ ਐਪਲ ਸੈਦਰ ਵਿਨੇਗਰ ਲਓ ਮੂੰਗੀ ਸਬਜ਼ੀ ਦਾਲ ਪਾਣੀ ਵੰਗਰ ਪੀਓ ਰੋਟੀ ਕੱਟ ਉੱਥੇ ਭਾਵੇਂ ਤੁਸੀਂ ਦਾਲ ਚੋਲੇ ਲਓ ਭਾਵੇਂ ਮਟਰ ਚਲੇ ਲਓ ਭਾਵੇਂ ਦਹੀਂ ਹਾਂ ਦਹੀਂ ਖਾ ਸਕਦੇ ਹੋ ਦਹੀਂ ਚ ਪ੍ਰੋਬਾਇਓਟਿਕਸ ਹੁੰਦੇ ਆ ਉੱਥੇ ਦਹੀਂ ਸਿਰਫ ਮਨਾ ਕਰਦੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਖਾਂਸੀ ਹੈ ਜਾਂ ਜੇ ਅੱਜ ਕੱਲ ਫਲੂ ਹੈ ਤੇ ਮੈਂ ਤੁਹਾਨੂੰ ਪਹਿਲਾਂ ਸਟਾਰਟ ਕੀਤਾ ਸੀ ਕਿ ਰਾਤ ਦੇ ਟਾਈਮ ਦਹੀਂ ਨਹੀਂ ਖਾਣਾ ਜੇ ਖਾਂਸੀ ਨਜ਼ਲਾ ਰੇਸ਼ਾ ਜ਼ੁਕਾਮ ਹੈ ਕਿਉਂਕਿ ਇਹਦਾ ਕਈ ਕਾਰਨ ਸਟ्रेस ਕਰਕੇ ਵੀ ਅਲਰਜੀ ਹੋ ਜਾਂਦੇ ਆ ਪੋਲਨ ਗ੍ਰੇਨ ਅਲਰਜੀ ਸਾਡੇ ਪੰਜਾਬੀਆਂ ਨੂੰ ਤੇ ਮਸ਼ਹੂਰੀ ਪਤਾ ਹੀ ਹੈ ਕਿ ਅਲਰਜੀ ਰੱਬ ਦੀ ਮਰਜ਼ੀ ਅਲਰਜੀ ਕਾਰਪਟ ਤੋਂ ਵੀ ਹੋ ਸਕਦੀ ਜੇ ਪੋਲਨ ਗ੍ਰੇਨ ਤੋਂ ਹੋ ਸਕਦੀ ਹੈ ਜਾਂ ਪਰਫਿਊਮ ਤੋਂ ਹੋ ਸਕਦੀ ਹੈ ਜਾਂ ਡੀਓਡੋਰੈਂਟਸ ਹੋ ਸਕਦੀ ਹੈ ਮੈਡੀਸਨ ਤੋਂ ਹੋ ਸਕਦੀ ਹੈ ਫਰ ਤੋਂ ਹੋ ਸਕਦੀ ਹੈ ਪੈਟ ਤੋਂ ਹੋ ਸਕਦੀ ਹੈ ਘਰ ਦੇ ਵਿੱਚ ਕਈਆਂ ਨੇ ਕੋਈ ਪੈਟ ਰੱਖਿਆ ਹੋਵੇ ਭਾਵੇਂ ਡੌਗ ਰੱਖਿਆ ਹੋਵੇ ਭਾਵੇਂ ਕੈਟ ਰੱਖੀ ਹੋਵੇ ਕਈਆਂ ਨੂੰ ਪੈਟ ਤੋਂ ਅਲਰਜੀ ਹੋ ਜਾਂਦੀ ਹੈ ਔਰ ਉਹਦਾ ਅਲਰਜੀ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਉਹਦੇ ਨਾਲ ਭਾਵੇਂ ਅਲਰਜਿਕ ਡਰਮਟਾਈਟਸ ਹੋਵੇ ਤੇ ਮਤਲਬ ਸਕਿਨ ਅਲਰਜੀ ਵੀ ਤੁਹਾਡੇ ਖਾਰਸ਼ ਨਹੀਂ ਜਾਂਦੀ ਪੇ ਕਈ ਪੇਸ਼ੈਂਟਸ ਮੈਂ ਦੇਖਿਆ ਵੀ ਸਾਰੀ ਉਮਰ ਨਾਂਗੀ ਖਾਰਸ਼ ਨਹੀਂ ਜਾਂਦੀ ਉਹਨਾਂ ਨੂੰ ਘਰੋਂ ਇਹ ਕਹਿਆ ਜੀ ਪੈਟ ਤੁਸੀਂ ਇਹਦੇ ਬਾਹਰ ਕੱਢ ਦਿਓ ਕਾਰਪਟ ਤੇ ਉਹ ਬਾਹਰ ਕੱਢ ਦਿਓ ਦੋਨੇ ਪੈਟ ਕਾਰਪਟ ਤੇ ਨਾਲੇ ਪੈਟ ਭਈ ਡੌਗ ਜਾਂ ਜਿਹੜਾ ਘਰ ਚ ਪੈਟ ਹੈ ਅਵੋਇਡ ਕਰਕੇ ਦੇਖ ਲਓ ਕਾਰਪਟ ਘਰ ਚ ਸਾਰੇ ਚੁੱਕ ਕੇ ਬਾਹਰ ਸੁੱਟ ਦਿਓ ਘਰ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕਰੋ ਅੱਜ ਕੱਲ ਜਿਹੜਾ ਨਜ਼ਲਾ ਰੇਸ਼ਾ ਜੋ ਕਾਮ ਖਾਂਸੀ ਫਲੂ ਤਾਂ ਬਚਣਾ ਸੈਨੀਟਾਈਜੇਸ਼ਨ ਔਰ ਡਿਸਟੈਂਸ ਔਰ ਮਾਸਕ ਹੌਟ ਟੀ ਹੌਟ ਕਾਫੀ ਚਾਰ ਵਾਰੀ ਦਿਨ ਚ ਸੇਲਾਈਨ ਵਾਟਰ ਗਾਰਗਲਸ ਚਾਰ ਵਾਰੀ ਦਿਨ ਚ ਚਵਨ ਪ੍ਰਾਸ਼ ਲੈ ਸਕਦੇ ਹੋ ਵਿੱਕੋ ਰਾਈਸ ਲੈ ਸਕਦੇ ਹੋ ਔਰ ਜਿਹੜੇ ਸਾਡੀ ਦਵਾਈ ਜਾਏਗੀ ਨਾ ਉਹਦੇ ਨਾਲ ਖਾਂਸੀ ਰਸ਼ਨਾ ਨਜ਼ਲਾ ਰਹਿਣਾ ਨਾ ਜ਼ੁਕਾਮ ਨਾ ਫਲੂ ਔਰ ਮੈਂ ਦੱਸਿਆ ਜਿੰਨਾ ਮਰਜੀ ਵਾਇਰਲ ਕੋਵਿਡ ਹੋਵੇ ਹਫਤੇ ਚ ਠੀਕ ਔਰ ਸਾਡੇ ਕੋ ਦਵਾਈ ਜਾਂਦੀ ਹੈ ਸਿਰਫ ਟੂ ਬੂਸਟ ਅਪ ਯੋਰ ਇਮਿਊਨ ਸਿਸਟਮ ਇਮਿਊਨਿਟੀ ਦਾ ਮਤਲਬ ਹੈ ਬਿਮਾਰੀ ਨਾਲ ਲੜਨ ਦੀ ਤਾਕਤ ਇਮਿਊਨਿਟੀ ਨੂੰ ਠੀਕ ਕਰਨ ਦਾ ਜੇ ਫਾਰਮੂਲਾ ਹੈ ਤੇ ਸਿਰਫ ਆਯੁਰਵੈਦਿਕ ਐਲੋਪੈਥਿਕ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ ਕੋਈ ਐਸੀ ਦਵਾਈ ਨਹੀਂ ਬਣੀ ਜ਼ੀਰੋ ਆਯੁਰਵੈਦਿਕ ਦੀ ਹਰ ਦਵਾਈ ਨਾਲੇ ਡਿਟੌਕਸ ਕਰ ਰਹੀ ਹੁੰਦੀ ਬੋਡੀ ਨੂੰ ਕਿਉਂਕਿ ਉਹਨਾਂ ਚ ਹਰੀਤਕੀ ਬਬੀਤਕੀ ਆਮਲਾ ਹਰੜ ਬੇੜਾ ਆਮਲਾ ਹੁੰਦਾ ਪਸ਼ਾਪਰਸਤੇ ਕਿਉਂ ਉਹ ਹਰ ਤਰ੍ਹਾਂ ਦੇ ਟੌਕਸਿਨਸ ਬਾਹਰ ਨੂੰ ਕੱਢ ਰਹੀ ਹੁੰਦੀ ਕਿਉਂਕਿ ਉਹਨਾਂ ਚ ਪੁਨਰਨਵਾ ਤੇ ਗੋਖਸ਼ਰ ਹੁੰਦੀ ਆਯੁਰਵੈਦਿਕ ਦੇ ਹਰ ਫਾਰਮੂਲੇ ਚ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ। ਇਸੇ ਤਰ੍ਹਾਂ ਹੀ ਕਈ ਐਸੇ ਨਾਮ ਕਈ ਵਾਰੀ ਮੈਂ ਦੱਸਦਾ ਨਹੀਂ ਭਾਵੇਂ ਠੀਕ ਆ ਆਮਲਾ ਬੜੀ ਅੱਛੀ ਚੀਜ਼ ਆ ਕਿਉਂਕਿ ਵਿਟਾਮਿਨ ਸੀ ਆ। ਹਾਂ ਜੇ ਫਰੂਟਸ ਖਾਣੇ ਆ ਤੇ ਤੁਸੀਂ ਸਿਰਫ ਸੰਤਰਾ ਖਾ ਸਕਦੇ ਹੋ। ਕਾਰਨ ਕਿਉਂਕਿ ਇਹ ਚ ਵਿਟਾਮਿਨ ਸੀ ਹੁੰਦਾ। ਬਾਕੀ ਠੀਕ ਆ ਜਿਹੜੇ ਨਾਨ-ਵੈਜ ਖਾਂਦੇ ਆ ਫਿਸ਼ ਲੈ ਸਕਦੇ ਹੋ ਜੇ ਤੁਸੀਂ ਡਰਿੰਕ ਕਰਨੀ ਆ ਠੀਕ ਆ ਠੰਡ ਦਾ ਮੌਸਮ ਹੈ ਡਰਿੰਕ ਕਰ ਸਕਦੇ ਹੋ ਉੱਥੇ ਤਾਂ ਦਵਾਈ ਦਾ ਤੌਰ ਤੇ ਕਰਦੇ ਜਿੱਦਾਂ ਛੋਟੇ ਹੁੰਦੇ ਸੀ ਬਚਪਨ ਚ ਬੱਚਿਆਂ ਨੂੰ ਵਰਾਇਟ ਬਰਾਂਡੀ ਦਾ ਤੌਰ ਤੇ ਚਮਚਾ ਦੋ ਚਮਚੇ ਦੇਈਦਾ ਸੀ ਠੰਡ ਨਾ ਲੱਗ ਜਾਏ ਇਸੇ ਤਰ੍ਹਾਂ ਹੀ ਡਰਿੰਕ ਕਮਿਸ਼ਨ ਤੁਸੀਂ ਮੈਨੂੰ ਪਤਾ ਕਰਦੇ ਹੋ ਜੇ ਇਹਦੇ ਵਿੱਚ ਡਰਿੰਕ ਤੁਹਾਡੀ ਦਵਾਈ ਆ ਲੈ ਸਕਦੇ ਹੋ ਹਾਂ ਲੇਕਿਨ ਇਹ ਨਹੀਂ ਵੀ ਜ਼ਰੂਰੀ ਨਹੀਂ ਉਹ ਚ ਬਰਫ਼ ਪਾਣੀ ਪੈਗ ਥੋੜਾ ਪਾਓ ਥੋੜਾ ਪਾਣੀ ਪਾਓ ਪਾਵੇਂ ਗਰਮ ਪਾ ਲੋ ਹੌਲੀ ਹੌਲੀ ਸਿਪਸ ਅਪ ਕਰੋ ਨਾਲੇ ਥੋੜਾ ਥੋੜਾ ਕਰਕੇ ਖਾਂਦੇ ਰਹੋ ਇੱਕ ਦੋ ਪੈਗ ਪਿਓ ਪਰ ਜ਼ਰੂਰੀ ਨਹੀਂ ਕਿ ਪੈਗ ਘੜਾ ਪਰ ਕੇ ਨੀਟ ਹੀ ਆਪਾਂ ਘੜਾ ਹੀ ਖਾਲੀ ਕਰਨਾ ਕੁਆਟਰ ਬਹੁਤ ਆ ਵੈਸੇ ਤੇ ਮੇਰੇ ਸਾਬ ਨਾਲ ਕੁਆਟਰ ਤੋਂ ਵੀ ਘੱਟ ਲੈਣੀ ਚੰਗੀ ਆ ਇਹ ਇਸ ਕਰਕੇ ਕਿ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਫਿਰ ਮੈਨੂੰ ਦੱਸਣਾ ਪੈਂਦਾ ਜੇ ਤੁਸੀਂ ਮੇਰੇ ਕੋਲ ਦਵਾਈ ਮੰਗਾਣੀ ਮਰਦਾਨਾ ਤਾਕਤ ਦੀ ਜਾਂ 슈ਗਰ ਦੀ ਜਾਂ ਬਲੱਡ ਪ੍ਰੈਸ਼ਰ ਦੀ ਜਾਂ ਕੋਲੇਸਟ੍ਰੋਲ ਦੀ ਅਖੀਰ ਦੇ ਵਿੱਚ ਤੁਹਾਡੀਆਂ ਦੋ ਹੀ ਗੱਲਾਂ ਹੁੰਦੀਆਂ ਕਿ ਡਾਕਟਰ ਸਾਹਿਬ ਰਾਤ ਨੂੰ ਮੈਂ ਪੈਗ ਵੀ ਦੋ ਜਿਹੜੇ ਲਾਣੇ ਆ ਮੈਨੂੰ 30 ਸਾਲ ਹੋ ਗਏ ਲਾਣਦੇ ਆ ਉਹਦਾ ਕੀ ਕਰਾਂ ਫਿਰ ਦੂਜਾ ਤੁਹਾਡਾ ਸਵਾਲ ਹੁੰਦਾ ਵੀ ਇਹ ਦੇਸੀ ਦਵਾਈ ਦੀ ਪੈਗ ਨਾਲ ਇਹਨੇ ਲੈ ਸਕਦੇ ਮੈਂ ਫਿਰ ਇਹੀ ਕਹਿਣਾ ਹੁੰਦਾ ਵੀ ਤੁਸੀਂ ਦਵਾਈ ਖਾ ਸਕਦੇ ਹੋ ਪੀ ਸਕਦੇ ਹੋ ਪਰ ਕੋਸ਼ਿਸ਼ ਕਰੋ ਵੀ ਦਵਾਈ ਦਾ ਤੇ ਡਰਿੰਕ ਦਾ 4 ਘੰਟੇ ਦਾ ਫਰਕ ਰੱਖੋ ਹਰ ਚੀਜ਼ ਸਟੋਮਿਕ ਚ 4 ਘੰਟੇ ਰਿੰਦੀ ਖਾਣਾ ਵੀ ਤੁਹਾਡਾ 4 ਘੰਟੇ ਸਟੋਮਿਕ ਚ ਰਹਿੰਦਾ ਮੇਰਾ ਖਿਆਲ ਹੈ ਕਿ ਜਿੰਨਾ ਆਪਾਂ ਫਲੂ ਬਾਰੇ ਗੱਲ ਕਰੀਏ ਉਹਦੇ ਚ ਇੱਕ ਚੀਜ਼ ਯਕਨਨ ਕਿ ਬੂਸਟ ਅਪ ਇਮਿਊਨ ਸਿਸਟਮ ਕਰਾਂਗੇ ਤੇ ਸਿਰਫ ਆਯੁਰਵੈਦਿਕ ਨਾ ਸਾਡੇ ਫਾਰਮੂਲੇ ਨਾਲ ਨਾ ਸਿਰਫ ਤੁਹਾਡੀ ਇਮਿਊਨਿਟੀ ਵੱਧਦੀ ਹੈ ਬਲਕਿ ਨਾ ਜਲਦੀ ਵਾਇਰਸ ਤੁਹਾਨੂੰ ਕੈਚ ਕਰਦਾ ਆਲਰੇਡੀ ਜਿੰਨਾ ਲੋਕਾਂ ਨੇ ਕਰੋੜਾਂ ਦੀ ਮੈਂ ਗੱਲ ਕਰਾਂ ਤੇ ਥੋੜੀ ਐ ਮੇਰੇ ਕੋਲ ਦਵਾਈ ਗਈ ਇਮਿਊਨ ਸਿਸਟਮ ਦੀ ਤੇ ਚੈਸਟ ਇਨਫੈਕਸ਼ਨ ਦੀ ਔਰ ਸ਼ੌਂਕੀਆ ਖਾਂਦੇ ਇਹ ਨਹੀਂ ਵੀ ਕੋਈ ਬਿਮਾਰੀ ਆ ਉਹਨਾਂ ਦੇ ਕਈ ਕਈ ਸਾਲ ਹੋ ਗਏ ਲੱਗ ਗਈ ਨਹੀਂ ਲੱਗਿਆ ਕਦੀ ਵਾਇਰਲ ਹਰ ਸਾਲ ਕਹਿੰਦੇ ਜੀ ਸਾਨੂੰ ਕਦੀ ਨਿਛ ਤੱਕ ਨਹੀਂ ਆਈਗਾ ਸੀ ਕਦੀ ਦਵਾਈ ਨਹੀਂ ਲੇਤੀ ਜਿੱਦਾਂ ਇੰਡੀਆ ਚ ਕਦੀ ਇਹ ਵਲ ਲੈ ਲਈ ਜੀ ਨਜ਼ਲਾ ਰੇਸ਼ ਆਇਆ ਅੱਛਾ ਬੈਰਿੰਡ ਰਿ ਲੈ ਲਈ ਉਹਦੇ ਨਾਲ ਠੀਕ ਐ ਵੀ ਨੀਂਦ ਆ ਜਾਏਗੀ ਲੇਕਿਨ ਇਮਿਊਨ ਸਿਸਟਮ ਵੀਕ ਦੇਸੀ ਦਵਾਈਆਂ ਦੇ ਨੁਸਖਿਆਂ ਨਾਲ ਤੁਹਾਡੇ ਕੋਲ ਉਹ ਚੀਜ਼ਾਂ ਨੇ ਜਿੰਨਾਂ ਨਾਲ ਔਰ ਮੈਂ ਹਰ ਵਾਰੀ ਕਲੀਅਰ ਦੱਸਿਆ ਕਿ ਦੇਸੀ ਦਵਾਈ ਕਿਸੇ ਬਿਮਾਰੀ ਲਈ ਵੀ ਮਦਵਾ ਉਹ ਮੈਨ ਪਾਵਰ ਨੂੰ ਵਧਾਉਂਦੀ ਹੈ ਮਰਦਾਨਾ ਤਾਕਤ ਨੂੰ ਵਧਾਉਂਦੀ ਹੈ ਤੁਹਾਡੀ ਜਿਸਮਾਨਾ ਮਰਦਾਨਾ ਤੇ ਬ੍ਰੇਨ ਪਾਵਰ ਵਧਦੀ ਯਾਦਦਾਸ਼ਤ ਵਧਦੀ ਹੈ ਮੋਸਟਲੀ ਉਹਨਾਂ ਚ ਨਾਲ ਅਸ਼ਵਗੰਧਾ ਵੀ ਹੁੰਦਾ ਇਹ ਇਸ ਕਰਕੇ ਵਿਦੇਨੀਆ ਸੋਮਨੀਫੈਰਾ ਟ੍ਰੇਬਲਰ ਸਟ੍ਰੈਸ ਟਿਸ ਮਿਊਕਨ ਅਪਰੂਰੀਅੰਸ ਇਹ ਚੀਜ਼ਾਂ ਦੇਖੋ ਬ੍ਰਹਮੀ ਸ਼ੰਖਪੁਸ਼ਪੀ ਜਟਾਮਾਨਸੀ ਜੋਤਿਸ਼ਮਤੀ ਅਸ਼ਵਗੰਧਾ ਨਾਲੇ ਮਰਦਾਨਾ ਤਾਕਤ ਨਾਲੇ ਬ੍ਰੇਨ ਪਾਵਰ ਨਾਲੇ ਸੈਕਸੂਅਲ ਪਾਵਰ ਵਧਾਉਂਦੀਆਂ ਸੋ ਬਿਨਾ ਚੇਦਕ ਤੋਂ ਕੋਈ ਬਿਮਾਰੀ ਹੋਵੇ ਜਰਾਕ ਤੁਹਾਨੂੰ ਸਾਈਨ ਸਿੰਪਟਮ ਹੈ ਦੱਸਿਆ ਸੀਰੀਅਸ ਪ੍ਰੋਬਲਮ ਅਸੀਂ ਗਿਲਟੀਆਂ ਤੱਕ ਦਾ ਇਲਾਜ ਕਰਦੇ ਹਰਨੀਆਂ ਤੱਕ ਦਾ ਇਲਾਜ ਕਰਦੇ ਆ ਕੈਂਸਰ ਤੱਕ ਦਾ ਇਲਾਜ ਕਰਦੇ ਆ ਪਰ ਜਿਆਦਾ ਨੁਸਖੇ ਤੁਹਾਡੇ ਇਹ ਕੰਮ ਆਣੇ ਜੇ ਅੱਜਕੱਲ ਕਿਸੇ ਨੂੰ ਆੜਾ ਜਾਵੇ ਲੱਗਦਾ ਨਾ ਕੋਵਿਡ ਜਾਂ ਕਰੋਨਾ ਜਾਂ ਵਾਇਰਲ ਹੈ ਜਾਂ ਫਲੂ ਹੈ ਜਾਂ ਨਜ਼ਲਾ ਰੇਸ਼ਾ ਚੁੱਪ ਕਰਕੇ ਲਸਣ ਪਿਆਜ਼ ਅਦਰਕ ਹਲਦੀ ਇਹਨਾਂ ਚੀਜ਼ਾਂ ਤੇ ਜ਼ੋਰ ਲਾ ਦਿਓ ਮਲਠੀ ਤੇ ਜ਼ੋਰ ਲਾ ਦਿਓ ਨਹੀਂ ਤੇ ਡਾਕਟਰ ਕੁਮਾਰ ਇਸ ਵਨ ਫੋਨ ਕਾਲ ਵੇ ਗਿਵ ਮੀ ਵਨ ਕਾਲ ਗੇਟ ਦ ਮੈਡੀਸਨ ਆਲ ਓਵਰ ਦ ਵਰਡ ਵੇਰ ਏਵਰ ਯੂ ਆਰ ਜਸਟ ਬਾਈ ਕਾਲਿੰਗ ਫੋਨ ਤੇ ਅੱਜ ਕੱਲ ਸਭ ਕੁਝ ਐ ਸੈੱਲ ਫੋਨ ਤੇ ਤੁਹਾਡਾ ਮੈਸੇਜ ਆ ਜਾਂਦਾ ਸੈੱਲ ਫੋਨ ਤੇ ਤੁਹਾਡੀ ਪੇਮੈਂਟ ਆ ਜਾਂਦੀ ਸੈੱਲ ਫੋਨ ਤੇ ਘਰ ਬੈਠੇ ਹਫਤੇ ਦਵਾਈ ਮਿਲ ਜਾਂਦੀ ਆ ਅਮਰੀਕਾ ਦੇ ਵਿੱਚ ਤੁਹਾਨੂੰ 3 ਤੋਂ 5 ਤੋਂ 7 ਡੇਜ਼ ਔਰ ਕੈਨੇਡਾ ਚ 7 ਇੱਕ ਤੋਂ ਦੋ ਵੀਕ ਔਰ ਹਰ ਸਾਲ ਕ੍ਰਿਸਮਸ ਟਾਈਮ ਕਈ ਵਾਰੀ ਡਿਲੀਵਰੀਆਂ ਲੇਟ ਹੁੰਦੀਆਂ ਪਰ ਅੱਜ ਕੀ ਕੋਈ ਬਹੁਤਾ ਫਰਕ ਨਹੀਂ ਪਿਆ ਦੇਖੋ ਕੈਨੇਡਾ ਵਾਲਿਆਂ ਵੀ ਦਵਾਈ ਹਫਤਾ ਹਫਤਾ ਦੋ ਦੋ ਹਫਤੇ ਚ ਮਿਲ ਗਈ ਸੋ ਪਿਆਰੇ ਦਰਸ਼ਕੋ ਮੇਰੇ ਕੋ ਜਿੰਨਾ ਕ ਟਾਈਮ ਹੁੰਦਾ ਕੋਈ ਟੌਪਿਕ ਫੜ ਲਈਦਾ ਹਾਲਾਂਕਿ ਐਸਾ ਕੋਈ ਟੌਪਿਕ ਨਹੀਂ ਐਸੀ ਕੋਈ ਬਿਮਾਰੀ ਨਹੀਂ ਜਿਹਦੇ ਤੇ ਐਨੇ ਲੰਬੇ ਅਰਸੇ ਤੋਂ ਹਰ ਪੰਜਾਬੀ ਚੈਨਲ ਤੇ ਤੁਸੀਂ ਮੇਰੇ એપisode ਦੇ ਚੁੱਕੇ ਹੋ ਮੇਰਾ ਖਿਆਲ ਹੈ ਟਾਈਮ ਸ਼ਾਇਦ ਅਜ਼ਾਜ਼ਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਨੂੰ ਨਾਲੇ ਯਾਦ ਕਰਾਂਦਾ ਕਿ ਦੋਨੇ ਹੀ ਨੰਬਰ ਮੇਰੇ ਲਗਾਤਾਰ ਸਕਰੀਨ ਤੇ ਆ ਰਹੇ ਆ ਸੈਲਫੋਨ ਹੈ ਜਿਹੜਾ 7182165137 ਹਰ ਵੇਲੇ ਮੇਰੇ ਕੋਲ ਹੈ ਦੂਸਰਾ ਨੰਬਰ ਵੀ 7188495859 ਆਈ ਏਮ ਇਨ ਦਾ ਰਿਚਮਨਡਲੀਆ ਨਿਊਯਾਰਕ ਸੋ ਪਿਆਰੇ ਦਰਸ਼ਕੋ ਫੋਨ ਕਰੋ ਦਵਾਈ ਕਰ ਬੈਠੇ ਨਾ ਮਿਲੇ ਤੇ ਮੈਸੇਜ ਮੈਂ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਵਾਲੇ ਤੇ ਸੁਣਨ ਵਾਲੇ ਦਾ ਤੁਹਾਡਾ ਥੈਂਕ ਯੂ ਕਰਦੇ ਨਵੇਂ ਸਾਲ ਦੀਆਂ ਮੁਬਾਰਕਾਂ ਜਦੋਂ ਤੁਹਾਡੇ ਕੋਲ ਐਪੀਸੋਡ ਪਹੁੰਚਣਾ ਨਵਾਂ ਸਾਲ ਆ ਗਿਆ ਹੋਣਾ ਸੋ 크ਿਸਮਸ ਨਾ ਗਈ ਉਹਦੀਆਂ ਵੀ ਹੈਪੀ ਹੌਲਿਡੇਜ਼ 크ਿਸਮਸ ਹੌਲਿਡੇਜ਼ ਤੇ ਹੈਪੀ ਨਿਊ ਇਅਰ ਸਾਰਿਆਂ ਨੂੰ ਸਵਾਜਿਕਾ ਖਾਲਸਾ ਵਾਇਰ ਕੇ ਫਤਿਹ ਨਮਸਕਾਰ ਥੈਂਕ ਯੂ